ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੂਬੇ ਅੰਦਰ ਨਸ਼ਿਆਂ ਨੂੰ ਰੋਕਣ ਦੇ ਲਈ ਪੁਲਿਸ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਕਿ ਨਸ਼ਾ ਤਸਕਰ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਇਆ ਜਾ ਸਕੇ। ਜਿਸ ਦੇ ਤਹਿਤ ਪਟਿਆਲਾ ਜ਼ਿਲ੍ਹੇ ਅੰਦਰ ਪੰਚਾਇਤਾਂ ਵੱਲੋਂ ਵੱਖ ਵੱਖ ਪਿੰਡਾਂ ਵੱਲੋਂ ਮਤੇ ਵੀ ਪਾਏ ਗਏ ਸਨ ਕਿ ਨਸ਼ਾ ਤਸਕਰ ਜੇਕਰ ਕੋਈ ਫੜਿਆ ਜਾਂਦਾ ਹੈ ਤਾਂ ਪੰਚਾਇਤ ਉਸ ਦੀ ਮਦਦ ਨਹੀਂ ਕਰੇਗੀ। ਜਿਸ ਦੇ ਤਹਿਤ ਨਾਭਾ ਬਲਾਕ ਅਤੇ ਪਿੰਡ ਛਿੱਟਾ ਵਾਲਾ ਵਿਖੇ CIA ਪਟਿਆਲਾ ਭਾਰੀ ਫੋਰਸ ਬਲ ਵੱਲੋਂ ਨਸ਼ਾ ਤਸਕਰਾਂ ਦੇ ਘਰ ਸਰਚ ਅਭਿਆਨ ਚਲਾਇਆ ਗਿਆ। ਪੁਲਿਸ ਵੱਲੋਂ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਤੱਕ ਸਰਚ ਓਪਰੇਸ਼ਨ ਚਲਾਇਆ ਗਿਆ ਅਤੇ ਕਰੀਬ 15 ਤੋਂ ਲੈ ਕੇ 20 ਘਰਾਂ ਵਿੱਚ ਰੇਡ ਕੀਤੀ ਗਈ, ਪਰ ਰੇਡ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਨਸ਼ਾ ਪੁਲਿਸ ਨੂੰ ਨਹੀਂ ਮਿਲਿਆ। CIA ਸਟਾਫ਼ ਦੇ ਇੰਚਾਰਜ ਰਾਹੁਲ ਕੌਸ਼ਲ ਨੇ ਕਿਹਾ ਕਿ ਅਸੀਂ ਸਮੇਂ-ਸਮੇਂ 'ਤੇ ਸਰਚ ਅਭਿਆਨ ਕਰ ਰਹੇ ਹਾਂ ਤਾਂ ਜੇਕਰ ਕੋਈ ਨਸ਼ਾ ਕਰ ਰਿਹਾ ਹੈ ਉਸ ਦੇ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਇਹ ਹੈ ਨਾਭਾ ਬਲਾਕ ਦਾ ਪਿੰਡ ਛਿੱਟਾ ਵਾਲਾ, ਜਿੱਥੇ ਨਸ਼ਾ ਤਸਕਰ ਬੇਖੌਫ਼ ਹੋ ਕੇ ਨਸ਼ਾ ਤਸਕਰੀ ਦਾ ਧੰਦਾ ਕਰਦੇ ਸਨ, ਪਰ ਬੀਤੇ ਸਮੇਂ ਦੌਰਾਨ ਜਿੱਥੇ ਪੁਲਿਸ ਵੱਲੋਂ ਸਖ਼ਤੀ ਕੀਤੀ ਗਈ ਉੱਥੇ ਪੰਚਾਇਤਾਂ ਵੱਲੋਂ ਵੀ ਨਸ਼ਾ ਤਸਕਰਾਂ ਦੇ ਖਿਲਾਫ਼ ਮਤੇ ਪਾਏ ਗਏ। ਜੇਕਰ ਕੋਈ ਫੜਿਆ ਜਾਂਦਾ ਤਾਂ ਉਹ ਉਹਨਾਂ ਦੀਆਂ ਮਦਦ ਨਹੀਂ ਕਰਨਗੇ। ਜਿਸ ਦੇ ਤਹਿਤ ਤੜਕਸਾ ਨਾਭਾ ਬਲਾਕ ਦੇ ਪਿੰਡ ਛਿੱਟਾ ਵਾਲਾ ਵਿਖੇ CIA ਇੰਚਾਰਜ ਰਾਹੁਲ ਕੌਸ਼ਲ ਦੀ ਰਹਿਨੁਮਾਈ ਹੇਠ ਭਾਰੀ ਪੁਲਿਸ ਫੋਰਸ ਦੇ ਚਲਦਿਆਂ ਕਈ ਘਰਾਂ ਵਿੱਚ ਸਰਚ ਅਭਿਆਨ ਚਲਾਇਆ ਗਿਆ, ਪਰ ਸਰਚ ਅਭਿਆਨ ਦੇ ਦੌਰਾਨ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਮਿਲਿਆ। ਇਸ ਮੌਕੇ ਪਿੰਡ ਛਿੱਟਾਵਾਲਾ ਦੇ ਸਰਪੰਚ ਪੰਜਾਬ ਸਿੰਘ ਨੇ ਕਿਹਾ ਕਿ ਇੱਥੇ ਕੁਝ ਘਰ ਪਹਿਲਾਂ ਨਸ਼ਾ ਤਸਕਰ ਵਿੱਚ ਜੁੜੇ ਹੋਏ ਸਨ ਅਤੇ ਉਹਨਾਂ ਵੱਲੋਂ ਹੁਣ ਨਸ਼ਾ ਤਸਕਰੀ ਕਰਨਾ ਬਿਲਕੁਲ ਛੱਡ ਦਿੱਤਾ ਹੈ, ਪਰ ਫਿਰ ਵੀ ਪੁਲਿਸ ਵੱਲੋਂ ਸਮੇਂ-ਸਮੇਂ 'ਤੇ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਤਲਾਸ਼ੀ ਦਾ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਤਲਾਸ਼ੀ ਦੌਰਾਨ ਇੱਥੇ ਕੁਝ ਵੀ ਬਰਾਮਦ ਨਹੀਂ ਹੋਇਆ। ਨਾਭਾ ਤੋਂ ਤਰੁਣ ਮਹਿਤਾ ਦੀ ਰਿਪੋਰਟ। ਅੱਜ ਸਾਡੇ ਵੱਲੋਂ ਮਾਨਯੋਗ SSP ਸਾਹਿਬ ਪਟਿਆਲਾ ਡਾਕਟਰ ਸੰਦੀਪ ਗਰਗ ਜੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਪੈਸ਼ਲ ਜਿਹੜੀ ਹੈ ਉਹ ਐਂਟੀ ਡਰੱਗ ਸਾਡੀ ਕੈਂਪੇਨ ਚਲਾਈ ਗਈ ਹੈ। ਉਸ ਦਿਨ ਨਾਲ ਅਸੀਂ ਪਿੰਡ ਛਿੱਟਾਂ ਵਾਲੇ CA ਸਟਾਫ ਵੱਲੋਂ ਅਤੇ ਲੋਕਲ ਪੁਲਿਸ ਨੂੰ ਨਾਲ ਲੈ ਕੇ ਪੰਚਾਇਤ ਦੇ ਸਾਡੇ ਸਰਪੰਚ ਸਾਹਿਬ ਨੇ ਪੰਜਾਬ ਉਹਨਾਂ ਨੂੰ ਨਾਲ ਲੈ ਕੇ ਅਸੀਂ ਅੱਜ ਕਾਫੀ ਘਰਾਂ ਵਿੱਚ ਸਰਚ ਕਰ ਰਹੇ ਹਾਂ ਅਤੇ ਸਰ ਸਾਡੀ ਕੰਟੀਨਿਊਸ ਉਸਲੇ ਚੱਲ ਰਹੀ ਹੈ ਅਤੇ ਹੋ ਸਕਦਾ ਸਾਨੂੰ ਇੱਥੇ ਉਮੀਦ ਹੈ ਕਿ ਸਾਨੂੰ ਕੋਈ ਨਾ ਕੋਈ ਇੱਥੋਂ ਪ੍ਰਾਪਤ ਜ਼ਰੂਰ ਹੋਊਗੀ। CIA ਪਹਿਲਾਂ ਵੀ ਜਿਹੜਾ ਸਰਚ ਕਰਦਾ ਰਿਹਾ ਕਾਫੀ ਹੋਈਆਂ ਚੱਲ ਰਹੀ ਹੈ ਮੁਹਿੰਮ, ਅੱਗੇ ਵੀ ਜਿਹੜੇ ਚੱਲਦੇ ਹੈਗੇ ਤਾਂ ਬਿਲਕੁਲ ਜੀ ਬਿਲਕੁਲ ਜਿਹੜੀ ਸਾਡੀ ਮੁਹਿੰਮ ਹੈ ਇਹ ਵੀ ਚੱਲਦੀ ਰਹੇਗੀ। ਅਸੀਂ ਲਗਾਤਾਰ ਰੂਟੀਨ ਦੇ ਵਿੱਚ ਵੀ ਜਿਹੜੇ ਸਾਡੇ ਸਸਪੈਕਟਡ ਹਾਊਸਿਸ ਹੁੰਦੇ ਨੇ ਜਿੱਥੇ ਸਾਨੂੰ ਡਰੱਗਸ ਦੀ ਪਤਾ ਹੁੰਦਾ ਕਿ ਲੋਕ ਡਰੱਗਸ ਦਾ ਕੰਮ ਕਰਦੇ ਨੇ ਉਹਨਾਂ ਦੇ ਖਿਲਾਫ਼ ਅਸੀਂ ਕਾਰਵਾਈ ਕਰਨ ਵਾਸਤੇ ਲਗਾਤਾਰ ਸਰਚ ਕਰਦੇ ਰਹਿੰਦੇ ਹਾਂ। ਕਿੰਨੇ ਘਰ ਅੱਜ ਅੱਜ ਕਰੀਬ ਅਸੀਂ 13-14 ਘਰਾਂ ਸਰਚ ਕੀਤੀ, ਹਾਲੇ ਚੱਲ ਰਹੀ ਹੈ ਸਾਡੀ ਸਰਚ। ਕਿੰਨੇ ਕੁ ਮੁਲਾਜ਼ਮ ਨਾਲ ਸੀ? ਸਾਡੇ ਨਾਲ ਕਰੀਬ 25 ਕੁ ਮੁਲਾਜ਼ਮ ਸਾਡੇ ਨਾਲ ਸੀਗੇ ਜੀ। ਮਤਲਬ ਜਿਹੜਾ ਮਤੇ ਵੀ ਪਾ ਕੇ ਦਿੱਤੇ ਗਏ ਸੀਗੇ ਤੁਹਾਨੂੰ ਕੀ ਲੱਗਦਾ ਕਿ ਇਹਦੇ ਨਾਲ ਇੰਪਰੂਵ ਹੋਇਆ? ਬਿਲਕੁਲ ਜੀ ਬਿਲਕੁਲ, ਸੀਟਾਂ ਵਾਲੇ ਸਾਨੂੰ ਇਸ ਚੀਜ਼ ਦੇਖਣ ਨੂੰ ਮਿਲੀ ਹੈ ਵੀ ਜਿਹੜੇ ਪੰਚਾਇਤਾਂ ਨੇ ਕਾਫੀ ਸਾਡੇ ਸਰਪੰਚ ਸਾਹਿਬ ਪੰਜਾਬੀ ਨੂੰ ਬੜੀ ਸਖਤੀ ਰੱਖੀ ਉਹਨਾਂ ਨੇ ਅਤੇ ਲੋਕਾਂ ਨੂੰ ਸਹੀ ਰਾਹ ਵੀ ਪਾਇਆ। ਕੁਛ ਘਰਾਂ ਸਾਨੂੰ ਜਾ ਕੇ ਪਤਾ ਲੱਗਿਆ ਵੀ ਉਹ ਲੇਬਰ ਦਾ ਕੰਮ ਕਰਨ ਲੱਗ ਗਏ ਨੇ, ਉਹਨਾਂ ਨੇ ਆਪਣੇ ਰੁਜ਼ਗਾਰ ਦੇ ਧੰਦੇ ਲੱਭ ਲਏ ਨੇ। ਤੁਹਾਨੂੰ ਵੀ ਲੱਗਦਾ ਕਿ ਹੁਣ ਵੀ ਜਿਹੜੇ ਕਈ ਘਰ ਕਰਦੇ ਨੇ ਕੀ ਕਹਿਣਾ ਚਾਹੁੰਦੇ ਹੋ? ਅਸੀਂ ਦੇਖਾਂਗੇ ਜੀ, ਜੇ ਕੋਈ ਇਸ ਤਰ੍ਹਾਂ ਕਰਦਾ ਅਸੀਂ ਉਹਨਾਂ ਦੇ ਖਿਲਾਫ਼ ਕਾਰਵਾਈ ਕਰਾਂਗੇ। ਜਿਹੜੇ ਬੰਦੇ ਸੁਧਰ ਸਕਦੇ ਨੇ ਜਿਹਨਾਂ ਨੂੰ ਅਸੀਂ ਥੋੜ੍ਹਾ ਫਿਰ ਉਹਨਾਂ ਨੂੰ ਕਾਉਂਸਲਿੰਗ ਕਰਾਂਗੇ, ਪੰਚਾਇਤ ਨੂੰ ਅਸੀਂ ਨਾਲ ਲਿੱਤਾ ਹੋਇਆ, ਅਸੀਂ ਫਿਰ ਇਹਨਾਂ ਪਰਿਵਾਰਾਂ ਨੂੰ ਇਕੱਠੇ ਕਰਕੇ ਕਾਉਂਸਲਿੰਗ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਨੂੰ ਸਹੀ ਰਸਤੇ ਲਾਇਆ ਜਾਵੇ। ਕੁਛ ਪਰਿਵਾਰ ਇਹਨਾਂ 'ਚੋਂ ਜਿਹੜੇ ਕੰਮ ਕਰਦੇ ਆ ਜੇਲ੍ਹਾਂ 'ਚ ਵੀ ਆ, ਲੱਗਦਾ ਵੀ ਇਹੋ ਜਿਹਾ ਕੁਛ ਅਜੇ ਵੀ ਕਰਦੇ ਹੋਣਗੇ? ਦੇਖੋ, ਜਿਹਨਾਂ ਦੇ ਪਰਿਵਾਰ ਬੰਦੇ ਵੱਡੇ ਜੇਲ੍ਹਾਂ 'ਚ ਨੇ ਅਸੀਂ ਉਹਨਾਂ 'ਤੇ ਲਗਾਤਾਰ ਨਿਗਾਹ ਰੱਖੀ ਹੋਈ ਹੈ। ਜੇ ਕੋਈ ਗਲਤ ਕੰਮ ਕਰੂ ਅਸੀਂ ਉਹਦੇ ਖਿਲਾਫ਼ ਕਾਰਵਾਈ ਕਰਾਂਗੇ, ਬਾਕੀ ਜੋ ਬੰਦੇ ਸੁਧਰਨਾ ਚਾਹੁੰਦੇ ਹਨ ਅਸੀਂ ਬੇਫਜ਼ੂਲ ਅਸੀਂ ਉਹਨੂੰ ਤੰਗ ਨਹੀਂ ਕਰਾਂਗੇ। ਪਟਿਆਲੇ ਜ਼ਿਲ੍ਹੇ 'ਚ ਹੁਣ ਤੱਕ ਸਰਚ ਦੇ ਦੌਰਾਨ ਕਿੰਨਾ ਕੁ ਕੁਛ ਬਰਾਮਦ ਹੋਇਆ? ਦੇਖੋ, ਡਾਟਾ ਇਹਦਾ ਮੈਂ ਤੁਹਾਨੂੰ ਚੈੱਕ ਕਰਕੇ ਦੱਸ ਸਕਦਾ, ਪਰ ਅਸੀਂ ਪਿਛਲੇ ਵਾਰ ਰਿਕਵਰ ਕੀਤੇ ਸੀ 20,000 ਗੋਲੀਆਂ ਸਾਨੂੰ ਰਿਕਵਰ ਹੋਈਆਂ ਸੀ। ਲਗਾਤਾਰ ਸਰਚ ਓਪਰੇਸ਼ਨ ਚੱਲਦੇ ਰਹਿੰਦੇ ਨੇ, ਇਹਦੇ ਨਾਲ ਇੱਕ ਦਬਾਅ ਵੀ ਬਣਿਆ ਰਹਿੰਦਾ ਅਤੇ ਸਾਨੂੰ ਲੋਕਾਂ ਨੂੰ ਕਾਉਂਸਲਿੰਗ ਕਰਨ ਦਾ ਵੀ ਮੌਕਾ ਮਿਲ ਜਾਂਦਾ। ਜਿਹੜੇ ਬਿਲਕੁਲ ਐਜ 'ਤੇ ਖੜ੍ਹੇ ਹੁੰਦੇ ਨੇ, ਜਿਹੜੇ ਕਿ ਛੱਡਣਾ ਚਾਹੁੰਦੇ ਨੇ ਲੇਕਿਨ ਫਿਰ ਉਹ ਉਸ ਵੱਲ ਜਾਂਦੇ, ਉਹਨੂੰ ਅਸੀਂ ਰੋਕ ਕੇ ਉਹਨੂੰ ਸਹੀ ਪਾਸੇ ਲਾ ਸਕਦੇ। ਮਾਰਨਿੰਗ ਤੋਂ ਚੱਲ ਰਹੀ? ਹਾਂਜੀ ਹਾਂ, ਮਾਰਨਿੰਗ ਸਵੇਰੇ 5:30 ਵਜੇ ਤੋਂ ਚੱਲ ਰਹੀ ਸੀ। ਕਈ ਹੁਣ ਨਹੀਂ ਜੁੜੇ ਹੋਏ, ਪਹਿਲਾਂ ਜੁੜੇ ਹੋਏ ਸੀ। ਹੁਣ ਜਦੋਂ ਦੀ ਸਖਤਾਈ ਹੋਈ ਹੈ ਬਹੁਤ ਜ਼ਿਆਦਾ, ਉਦੋਂ ਦਾ ਅਸੀਂ ਸਾਡੇ ਤੋਂ ਮਤਾ ਪਾ ਕੇ ਇੰਚਾਰਜ ਸਾਹਿਬ ਨੇ ਚੌਂਕੀ ਵਾਲੇ ਨੇ ਲੈ ਲਿਆ ਵੀ ਅਸੀਂ ਜੇ ਕੋਈ ਫਸ ਗਿਆ ਤਾਂ ਕਿਸੇ ਦੀ ਜ਼ਮਾਨਤ ਨਹੀਂ ਕਰਨੀ, ਜੋ ਜੇਲ੍ਹ 'ਚ ਗਲੇਗਾ ਫਿਰ ਅਸੀਂ ਉਹਨੂੰ ਲੈ ਕੇ ਨਹੀਂ ਆਉਣਾ। ਚੋਰ ਮੋਰੀ ਕੀ ਕੁਛ ਬਰਾਮਦ ਹੋਇਆ ਸੀ ਪਹਿਲਾਂ ਜਿਹੜੇ ਕੰਮ ਕਰਦੇ ਸੀ? ਇੱਥੋਂ ਕਾਫੀ ਚਿਰ ਪਹਿਲਾਂ ਪੁਰਾਣੀਆਂ ਹੋਈਆਂ ਨੇ ਇੱਕ ਦੋ ਬੰਦਿਆਂ ਕੋਲੋਂ ਬਰਾਮਦ, ਪਰ ਉਹ ਬੰਦੇ ਹੁਣ ਛੱਡ ਗਏ ਸਾਰਾ ਕੁਛ। ਕੀ ਬਰਾਮਦ ਹੋਇਆ ਸੀ? ਉਹ ਉਦੋਂ ਕੁਛ ਗੋਲੀਆਂ ਪਈਆਂ,
ਕੁਝ ਭੁੱਖੀ ਮਿਲੀ ਕੋਈ ਚਿੱਟੇ ਦਾ ਕੰਮ ਵੀ ਕਰਦੇ ਸੀ ਇੱਥੋਂ ਚਿੱਟੇ ਦਾ ਹੀ ਚਿੱਟੇ ਦਾ ਹੀ ਪਰਚੇਸ ਮੈਚ ਚਿੱਟੇ ਦਾ ਕੰਮ ਨਹੀਂ ਸੀਟਾਂ 'ਚ ਕਿਸੇ ਨੇ ਕਰਿਆ ਨਾ ਚਿੱਟੇ ਦਾ ਨਾ ਉਹ ਜਿਹੜਾ ਡਰੱਗ ਜਿਹਨੂੰ ਟੀਕੇ ਟੂਕੇ ਲਾਉਂਦੇ ਨੇ ਉਹੋ ਜਿਹਾ ਕੁਝ ਨਹੀਂ ਕੀਤਾ ਕਿੰਨੇ ਕੁ ਪਰਿਵਾਰ ਨੇ ਇੱਥੋਂ ਜਿਹੜੇ ਇਸ ਤਰ੍ਹਾਂ ਦੇ ਪੰਜ ਚਾਰ ਪਰਿਵਾਰ ਸੀ ਜਿਹੜੇ ਕਰਦੇ ਸੀ ਉਹ ਜਦੋਂ ਤੋਂ ਸਰਦਾਰ ਸਚੈਨ ਸਿੰਘ ਨੇ ਸਖਤੀ ਕਰੀ ਹੈ ਬਾਹਲੀ ਜ਼ਿਆਦਾ ਅਤੇ ਪਹਿਲਾਂ ਵੀ ਮੋਹਨ ਸਿੰਘ ਨੇ ਵੀ ਕਿਹਾ ਸੀ ਜਿਹੜਾ ਮੈਨੂੰ ਫਸ ਗਿਆ ਮੈਂ ਬਚਕਦਾ ਨਹੀਂ ਫਿਰ ਉਦੋਂ ਤੋਂ ਲੈ ਕੇ ਇਹਨਾਂ ਨੂੰ ਬੁਲਾ ਕੇ ਮੀਟਿੰਗਾਂ ਕਰ ਕਰਕੇ ਚੌਂਕੀ 'ਚ ਸੱਦ ਕੇ ਸਾਰਿਆਂ ਸਹਿਜਿਆਂ ਉਹਨੇ ਫਿਰ ਰੋਕ ਥੰਮ ਲਾ ਦਿੱਤੀ ਕੁਛ ਅਸੀਂ ਜਵਾਬ ਦੇ ਦਿੱਤਾ ਵੀ ਸਾਡੀ ਭਾਈਬੰਦੀ ਤਾਂ ਹੈ ਜੇ ਕੰਮ ਨਾ ਕਰੋ ਇਹ ਸਾਡੇ ਹੀ ਬੱਚੇ ਨੇ ਜਿਨ੍ਹਾਂ ਦਾ ਨੁਕਸਾਨ ਹੋਣਾ ਵੀ ਪਿੰਡ ਦੇ ਵਿੱਚ ਕੋਈ ਨਵਿਆਂ ਬੱਚਿਆਂ ਦਾ ਕੋਈ ਨੁਕਸਾਨ ਨਾ ਹੋ